ਸ਼ਹਾਦਤਾਂ ਦਾ ਦੋਸਤੋ ਇਹ ਮਹੀਨਾ ਚੱਲਦਾ ਅਤੇ ਤੁਹਾਨੂੰ ਮਿਲਾਉਂਦੇ ਹਾਂ ਲਛਮਣ ਦਾਸ ਜੀ ਦੇ ਨਾਲ। ਪਟਿਆਲਾ ਦੇ ਲਛਮਣ ਦਾਸ ਜੀ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਨੇ ਅਤੇ ਪਿਛਲੇ 25 ਸਾਲ ਤੋਂ ਹਰ ਰੋਜ਼ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ 3 ਕੁਇੰਟਲ ਬਰਫ਼ ਦੇ ਨਾਲ 1 ਘੰਟਾ ਨਹਾਉਂਦੇ ਨੇ। ਜਿਹੜਾ ਇਹ ਸ਼ਹਾਦਤਾਂ ਦਾ ਮਹੀਨਾ ਚੱਲਦਾ ਹੈ, 3 ਕੁਇੰਟਲ ਬਰਫ਼ ਦੇ ਨਾਲ ਦੋਸਤੋ ਰੋਜ਼ 1 ਘੰਟਾ ਲਛਮਣ ਦਾਸ ਜੀ ਨਹਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਸ਼ਹਾਦਤਾਂ ਨੂੰ ਮਹਿਸੂਸ ਕਰਨ ਦੇ ਲਈ ਕਿ ਉਦੋਂ 82 ਸਾਲ ਦੀ ਦਾਦੀ ਦੇ ਨਾਲ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਜਿਹੜੇ ਹੋਏ ਨੇ। ਆ ਦੇਖੋ ਤੁਸੀਂ, ਔਰ ਸਿਰ ਝੁਕਦਾ ਇਸ ਉਪਰਾਲੇ ਦੇ ਲਈ ਲਛਮਣ ਦਾਸ ਜੀ। ਇਸ ਵੀਰ ਦੀ ਇਹ ਜਿਹੜੀ ਇਹ ਕੋਸ਼ਿਸ਼ ਹੈ ਜਾਂ ਕਹਿ ਲਓ ਕਿ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਸਤਿਕਾਰ ਜਿਹੜਾ ਇਹਨਾਂ ਨੇ ਪ੍ਰਗਟ ਕੀਤਾ, ਇਹ ਬਹੁਤ ਵੱਡਾ ਹੈ। ਬਹੁਤ ਮਤਲਬ ਆਹ ਦੇਖੋ ਤੁਸੀਂ, ਆਹ ਬਰਫ਼ ਹੈ, ਆਹ ਦੇਖੋ ਇਹ ਦੇਖੋ ਤੁਸੀਂ, ਇਹ ਬਰਫ਼ ਹੈ, 3 ਕੁਇੰਟਲ ਬਰਫ਼ ਹੈ, 3 ਕੁਇੰਟਲ, 1 ਨਹੀਂ 2 ਨਹੀਂ 3 ਕੁਇੰਟਲ ਬਰਫ਼ ਹੈ। ਇਹਨਾਂ ਦਿਨਾਂ ਦੇ ਵਿੱਚ ਨਹਾਉਣ ਤੋਂ ਲੋਕ ਨਾਗੇ ਪਾ ਦਿੰਦੇ ਨੇ, ਪਰ ਇਹ ਦੇਖੋ ਇਹ ਲਛਮਣ ਦਾਸ ਜੀ ਨੇ, ਇਹ ਪਟਿਆਲੇ ਦੇ ਲਛਮਣ ਦਾਸ ਜੀ, 3 ਕੁਇੰਟਲ ਬਰਫ਼ ਹੈ। ਔਰ ਕਹਿੰਦੇ ਪਾਣੀ ਵੀ ਬਰਫ਼ ਦੇ ਵਿੱਚ ਇਸ ਕਰਕੇ ਪਾਉਂਦੇ ਨੇ ਕਿ ਬਰਫ਼ ਜਿਹੜੀ ਆ ਪਿਘਲ ਜਾਵੇ। ਆਹ ਦੇਖੋ ਤੁਸੀਂ, ਔਰ ਸੀਸ ਝੁਕਦਾ ਐਸੇ ਵੀਰ ਦੇ ਉਪਰਾਲੇ ਦੇ ਲਈ। ਔਰ ਮੈਨੂੰ ਲੱਗਦਾ ਕਿ ਸਾਨੂੰ ਸਭ ਨੂੰ ਇੱਕ ਦੂਜੇ ਤੋਂ ਸੇਧ ਲੈਣੀ ਚਾਹੀਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹ ਵੀਰ ਸਲਾਮ ਕਰ ਰਹੇ ਨੇ। ਇਹ ਬਹੁਤ ਵੱਡਾ ਇਹਨਾਂ ਦਾ ਉਪਰਾਲਾ, ਔਰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵੀਰ ਨੂੰ। ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਧੰਨਵਾਦ ਦੋਸਤੋ। ਛੱਡ ਦੇ ਵਿੱਚ ਹੀ ਛੱਡ ਦੇ ਗੁਰਜੀ ਤਾਂ ਛੱਡ ਦੇ ਬਸ।